ਓਸ਼ੋ ਦੇ ਲੈਕਚਰ ਅੱਜ ਦੀ ਚਰਚਾ ਮੈਂ ਛੋਟੀ ਜੀ ਘਟਨਾ ਦੇ ਜ਼ਿਕਰ ਤੋਂ ਆਰੰਭ ਕਰਾਂਗਾ ਮੈਂ ਇੱਕ ਸਰਾਵ ਵਿੱਚ ਠਹਿਰਨਾ ਸੀ ਜਿਸ ਵਿੱਚ ਪਹਿਲਾਂ ਹੀ ਬਹੁਤ ਸਾਰੇ ਲੋਕ ਠਹਿਰੇ ਹੋਏ ਸਨ ਜਗ੍ਹਾ ਨਹੀਂ ਸੀ ਫਿਰ ਵੀ ਮੈਨੂੰ ਕਮਰਾ ਮਿਲ ਗਿਆ ਅੱਧੀ ਰਾਤ ਦੇ ਲਗਭਗ ਮੈਂ ਉੱਥੇ ਆ ਗਿਆ ਹਮੇਸ਼ਾ ਹੀ ਸਾਰੀਆਂ ਸਰਾਵਾਂ ਵਿੱਚ ਅਜੇ ਮਹਿਮਾਨ ਆ ਜਾਂਦੇ ਹਨ ਇਸ ਵਾਸਤੇ ਕੋਈ ਜਗ੍ਹਾ ਖਾਲੀ ਨਹੀਂ ਹੁੰਦੀ ਫਿਰ ਵੀ ਜਗ੍ਹਾ ਬਣਾਉਣੀ ਪੈਂਦੀ ਐ ਮੈਂ ਜਿਸ ਕਮਰੇ ਚ ਸੀ ਉਸ ਵਿੱਚ ਹੀ ਨਵੇਂ ਮਹਿਮਾਨ ਨੂੰ ਲਿਆ ਕੇ ਠਹਿਰਾ ਦਿੱਤਾ ਗਿਆ ਸੀ ਕਮਰਾ ਛੋਟਾ ਸੀ ਤੇ ਮਹਿਮਾਨ ਜ਼ਿਆਦਾ ਹੋ ਗਏ ਸਨ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਅੱਧੀ ਰਾਤ ਹੋ ਗਈ ਸੀ ਉਹ ਥੱਕਿਆ ਹੋਇਆ ਮਹਿਮਾਨ ਜਿਨੇ ਆਪਣੀ ਪੱਗ ਵੀ ਨਹੀਂ ਲਾਈ ਜੁੱਤੀਆਂ ਵੀ ਨਹੀਂ ਉਤਾਰੀਆਂ ਬਿਸਤਰੇ ਤੇ ਲੇਟ ਗਿਆ ਫਿਰ ਉਸ ਫਿਰ ਉਹ ਪਾਸੇ ਬਦਲਣ ਲੱਗਾ ਪਰ ਉਹਨੂੰ ਨੀਂਦ ਆਉਣ ਦੀ ਸੰਭਾਵਨਾ ਮੈਨੂੰ ਦਿਖਾਈ ਨਾ ਪਈ। ਤਾਂ ਮੈਂ ਉਹਨੂੰ ਕਹਿ ਦਿੱਤਾ, "ਮਿੱਤਰ, ਕਿ ਇਹ ਠੀਕ ਨਹੀਂ ਹੋਏਗਾ ਕਿ ਤੁਸੀਂ ਆਪਣੇ ਕੱਪੜੇ ਉਤਾਰ ਦਿਓ, ਪੱਗ ਤੇ ਜੁੱਤੀ ਉਤਾਰ ਦਿਓ ਤਾਂ ਕਿ ਆਰਾਮ ਨਾਲ ਸੌਂ ਸਕੋ।" ਉਹ ਬੋਲਿਆ, "ਸੋਚਦਾ ਤਾਂ ਮੈਂ ਵੀ ਇਹੋ ਸੀ ਕਿ ਕੱਪੜੇ ਉਤਾਰ ਦੇਵਾਂ। ਪਰ ਇੱਕ ਖਤਰਾ ਹੈ।" ਖਤਰਾ ਇਹ ਹੈ, "ਮੈਂ ਬੜੇ ਭੁੱਲੜ ਸੁਭਾ ਦਾ ਹਾਂ।" ਕਪੜਿਆਂ ਤੋਂ ਹੀ ਮੈਨੂੰ ਇਹ ਪਤਾ ਰਹਿੰਦਾ ਹੈ ਕਿ ਮੈਂ ਮੈਂ ਹੀ ਹਾਂ ਕਪੜੇ ਮੈਂ ਉਤਾਰ ਦਿੱਤੇ ਤਾਂ ਸਵੇਰੇ ਮੈਂ ਕਿਵੇਂ ਤੈਅ ਕਰਾਂਗਾ ਕਿ ਮੈਂ ਕੌਣ ਹਾਂ ਤੇ ਤੁਸੀਂ ਕੌਣ ਹੋ ਮੇਰੀ ਇਹ ਮੁਸ਼ਕਿਲ ਬਿਲਕੁਲ ਸਹੀ ਹੈ ਜੇਕਰ ਤੁਹਾਡੇ ਸਾਰਿਆਂ ਦੇ ਕਪੜੇ ਉਤਾਰ ਦਿੱਤੇ ਜਾਣ ਤਾਂ ਕੌਣ ਕਿਸ ਨੂੰ ਪਛਾਣ ਸਕੇਗਾ ਕਪੜਿਆਂ ਤੋਂ ਹੀ ਤਾਂ ਅਸੀਂ ਸਾਰੇ ਇੱਕ ਦੂਜੇ ਨੂੰ ਪਛਾਣਦੇ ਹਾਂ ਇਸੇ ਵਾਸਤੇ ਕਪੜੇ ਹੋਰ ਇਕੱਠੇ ਕਰਨ ਦੀ ਸਾਡੀ ਦੌੜ ਲੱਗੀ ਰਹਿੰਦੀ ਹੈ ਮੈਂ ਕਿਹਾ ਗਲਤ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਤੇ ਮੈਨੂੰ ਇੱਕ ਘਟਨਾ ਚਿਤਿਆ ਆਈ ਇੱਕ ਬਾਦਸ਼ਾਹ ਨੇ ਇੱਕ ਬਹੁਤ ਵੱਡੇ ਮਹਾਕਵੀ ਨੂੰ ਆਪਣੇ ਮਹਿਲ ਚ ਭੋਜਨ ਤੇ ਸੱਦਾ ਦਿੱਤਾ ਕਵੀ ਗਰੀਬ ਸੀ ਉਹਦੇ ਮਿੱਤਰਾਂ ਨੇ ਉਹਨੂੰ ਸਲਾਹ ਦਿੱਤੀ ਕਿ ਉਹ ਉਹਨਾਂ ਇਹਨਾਂ ਕੱਪੜਿਆਂ ਨੂੰ ਨਾ ਪਾ ਕੇ ਜਾਵੇ ਕਿਉਂਕਿ ਇਸ ਤਰ੍ਹਾਂ ਬਾਦਸ਼ਾਹ ਨੂੰ ਮਿਲਣਾ ਮੁਸ਼ਕਿਲ ਹੈ ਦਰਵਾਜ਼ੇ ਤੋਂ ਸੰਤਰੀ ਤੈਨੂੰ ਵਾਪਸ ਭੇਜ ਦੇਣਗੇ ਇਹ ਕੱਪੜੇ ਇਸ ਯੋਗ ਨਹੀਂ ਕਿ ਤੈਨੂੰ ਕੋਈ ਪਹਿਚਾਣੇ ਪਰ ਕਵੀ ਤਾਂ ਆਪਣੀਆਂ ਕਵਿਤਾਵਾਂ 'ਚ ਗੁਆਚਿਆ ਹੋਇਆ ਸੀ ਉਹ ਗਿਆ ਤੇ ਜੋ ਹੋਣਾ ਸੀ ਉਹੀ ਹੋਇਆ ਸੰਤਰੀ ਨੇ ਉਹਨੂੰ ਵਾਪਸ ਭੇਜ ਦਿੱਤਾ ਉਹਨੇ ਬਹੁਤ ਕਿਹਾ ਕਿ ਉਹ ਕਵੀ ਹੈ ਉਹਨੂੰ ਜਾਣ ਦਿੱਤਾ ਜਾਏ ਪਰ ਸੰਤਰੀ ਬੋਲੇ ਛੱਡੋ ਵੀ ਅਜੇ ਪਾਗਲ ਇਥੇ ਰੋਜ਼ ਆ ਕੇ ਪਰੇਸ਼ਾਨ ਕਰਦੇ ਐ ਪੱਜ ਉਹ ਵਾਪਸ ਪਰਤ ਗਿਆ ਉਹਦੇ ਮਿੱਤਰ ਨੇ ਆਖਿਆ ਮੈਂ ਪਹਿਲਾਂ ਹੀ ਕਿਹਾ ਸੀ ਦੂਸਰੇ ਦਿਨ ਉਹ ਮੰਗਵੇਂ ਚੰਗੇ ਕੱਪੜੇ ਪਾ ਗਿਆ ਸੰਤਰੀ ਜੀ ਨੇ ਕੱਲ ਉਹਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਉਹਨੇ ਉਹਦੇ ਪੈਰ ਚੂਏ ਤੇ ਕਿਹਾ ਮਹਾਰਾਜ ਅੰਦਰ ਆਓ ਤੁਸੀਂ ਕਿੱਥੋਂ ਆਏ ਹੋ ਬਾਦਸ਼ਾਹ ਨੇ ਉਹਨੂੰ ਆਪਣੇ ਭੋਜਨ ਘਰ ਚ ਲਿਜਾ ਕੇ ਪੁੱਛਿਆ ਕੱਲ ਮੈਂ ਉਹ ਦੇਖਦਾ ਰਿਆ ਤੁਸੀਂ ਆਏ ਹੀ ਨਹੀਂ ਕਵੀ ਕੁਝ ਨਾ ਬੋਲਿਆ ਕੇਵਲ ਮੁਸਕਰਾਉਂਦਾ ਰਿਹਾ ਭੋਜਨ ਦੀ ਥਾਲੀ ਉਹਦੇ ਅੱਗੇ ਰੱਖ ਦਿੱਤੀ ਗਈ ਕਵੀ ਨੇ ਭੋਜਨ ਚੁੱਕਿਆ ਤੇ ਆਪਣੇ ਕੱਪੜਿਆਂ ਨੂੰ ਕਹਿਣ ਲੱਗਾ ਮੇਰੇ ਕੋਟ ਇਹਨੂੰ ਖਾ ਲਵੋ ਮੇਰੀ ਪੱਗ ਇਨੂੰ ਖਾ ਲਵੋ ਰਾਜਾ ਬੋਲਿਆ ਦੜਾ ਦਿਮਾਗ ਦਾ ਠੀਕ ਹੈ ਜਾਂ ਕਿ ਕਵਿਤਾ ਕਹਿੰਦੇ ਕਹਿੰਦੇ ਪਾਗਲ ਤਾਂ ਨਹੀਂ ਹੋ ਗਏ ਅਜੇ ਅਕਸਰ ਹੋ ਜਾਂਦਾ ਹੈ ਕਵਿਤਾਵਾਂ ਕਰਦੇ ਕਰਦੇ ਲੋਕ ਪਾਗਲ ਹੋ ਜਾਂਦੇ ਹੈ ਕਿਧਰੇ ਅੰਜੀ ਤਾਂ ਨਹੀਂ ਹੋ ਗਿਆ ਕਵੀ ਨੇ ਕਿਹਾ ਨਹੀਂ ਮੈਂ ਤਾਂ ਕੱਲ ਵੀ ਆਇਆ ਸੀ ਪਰ ਕੱਲ ਮੇਰੇ ਇਹ ਕੱਪੜੇ ਨਹੀਂ ਸਨ ਮੈਨੂੰ ਬਾਹਰ ਹੀ ਵਾਪਸ ਭੇਜ ਦਿੱਤਾ ਗਿਆ ਹੁਣ ਜਿਨ੍ਹਾਂ ਕੱਪੜਿਆਂ ਦੇ ਕਾਰਨ ਮੈਂ ਅੰਦਰ ਆ ਸਕਿਆ ਜੇਕਰ ਪਹਿਲਾਂ ਉਹਨਾਂ ਨੂੰ ਸਨਮਾਨ ਨਾ ਦਿੱਤਾ ਗਿਆ ਤਾਂ ਠੀਕ ਨਹੀਂ ਹੋਏਗਾ ਇਸ ਕਰਕੇ ਮੈਂ ਉਸ ਮਹਿਮਾਨ ਨੂੰ ਆਖਿਆ ਗੱਲ ਤਾਂ ਤੁਸੀਂ ਠੀਕ ਕਹਿੰਦੇ ਹੋ ਦੁਨੀਆ ਵਿੱਚ ਸਾਰੇ ਕੱਪੜਿਆਂ ਤੋਂ ਹੀ ਪਛਾਣੇ ਜਾਂਦੇ ਹਨ ਦੁਨੀਆ 'ਚ ਵੱਖ-ਵੱਖ ਤਰ੍ਹਾਂ ਦੇ ਕੱਪੜੇ ਹਨ ਤੇ ਉਹਨਾਂ ਨਾਲ ਹੀ ਅਸੀਂ ਇੱਕ ਦੂਜੇ ਨੂੰ ਪਛਾਣਦੇ ਹਾਂ ਨਾਲ ਹੀ ਇਹ ਵੀ ਤੁਸੀਂ ਠੀਕ ਕਹਿੰਦੇ ਹੋ ਕਿ ਦੂਸਰੇ ਤੁਹਾਨੂੰ ਕੱਪੜਿਆਂ ਤੋਂ ਪਛਾਣਦੇ ਹਨ ਅਸੀਂ ਖੁਦ ਵੀ ਆਪਣੇ ਆਪ ਨੂੰ ਆਪਣੇ ਕੱਪੜਿਆਂ ਤੋਂ ਪਛਾਣਦੇ ਹਾਂ ਜੇਕਰ ਅਸੀਂ ਬਿਲਕੁਲ ਨੰਗੇ ਖੜੇ ਹੋ ਜਾਈਏ ਤਾਂ ਖੁਦ ਨੂੰ ਵੀ ਪਛਾਣਨਾ ਔਖਾ ਹੋ ਜਾਏਗਾ ਕਿ ਮੈਂ ਕੌਣ ਕਿਉਂਕਿ ਅਸੀਂ ਆਪਣੇ ਆਪ ਨੂੰ ਦੂਸਰਿਆਂ ਦੀ ਮਾਰਫਤ ਪਛਾਣਦੇ ਹਾਂ ਕੋਈ ਸਿੱਧਾ ਆਪਣੇ ਆਪ ਨੂੰ ਨਹੀਂ ਪਛਾਣਦਾ ਅਸੀਂ ਉਸੇ ਤਰ੍ਹਾਂ ਆਪਣੇ ਆਪ ਨੂੰ ਪਛਾਣਦੇ ਹਾਂ ਜਿਸ ਤਰ੍ਹਾਂ ਦੂਸਰੇ ਲੋਕ ਆਪਣੇ ਆਪ ਨੂੰ ਪਛਾਣਦੇ ਹਨ ਦੂਸਰੇ ਲੋਕਾਂ ਦੀ ਨਜ਼ਰ ਨਾਲ ਹੀ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਸਿੱਧੇ ਆਪਣੀ ਨਜ਼ਰ ਨਾਲ ਕੌਣ ਆਪਣੇ ਆਪ ਨੂੰ ਦੇਖਦਾ ਹੈ ਇਸ ਕਰਕੇ ਜੇਕਰ ਕੱਪੜੇ ਨਾ ਹੋਣਗੇ ਤਾਂ ਦੂਸਰੇ ਤੁਹਾਨੂੰ ਨਹੀਂ ਪਛਾਣ ਸਕਣਗੇ ਤੇ ਇਹ ਵੀ ਤੁਸੀਂ ਠੀਕ ਹੀ ਆਖਿਆ ਕਿ ਤੁਸੀਂ ਆਪਣੇ ਆਪ ਨੂੰ ਨਾ ਪਛਾਣ ਸਕੋਗੇ ਉਸਨੇ ਕਿਹਾ ਇਸ ਹਲਜਨ ਕਾਰਨ ਮੈਨੂੰ ਨੀਂਦ ਨਹੀਂ ਆ ਰਹੀ ਕਮਰੇ 'ਚ ਇਕੱਲਾ ਹੁੰਦਾ ਤਾਂ ਮੈਂ ਕੱਪੜੇ ਉਤਾਰ ਕੇ ਸੌਂ ਜਾਂਦਾ ਹੁਣ ਜੇ ਮੈਂ ਕੱਪੜੇ ਉਤਾਰ ਦਿਆਂ ਤਾਂ ਸਵੇਰੇ ਕਿਵੇਂ ਤੈਅ ਹੋਏਗਾ ਕਿ ਮੈਂ ਕੌਣ ਮੈਂ ਆਖਿਆ ਮਿੱਤਰ ਇੱਕ ਤਰਕੀਬ ਹੈ ਸਾਡੇ ਤੋਂ ਪਹਿਲਾਂ ਉਸ ਕਮਰੇ 'ਚ ਜੋ ਠਹਿਰੇ ਸਨ ਉਹਨਾਂ ਦਾ ਇੱਕ ਛੋਟਾ ਬੱਚਾ ਆਪਣਾ ਗੁਬਾਰਾ ਖੇਡਦਾ ਹੋਇਆ ਇੱਥੇ ਛੱਡ ਗਿਆ ਇੱਕ ਛੋਟੀ ਗੁੱਡੀ ਛੱਡ ਗਿਆ ਮੈਂ ਉਹਨੂੰ ਕਿਹਾ ਅਜੇ ਕਰੋ ਕਿ ਗੁਬਾਰੇ ਨੂੰ ਮੈਂ ਤੁਹਾਡੇ ਪੈਰ ਨਾਲ ਬੰਨ੍ਹ ਦਿੰਨਾ ਤੇ ਇਸ ਗੁੱਡੀ ਨੂੰ ਤੁਹਾਡੇ ਕੋਲ ਰੱਖ ਦਿੰਨਾ ਤਾਂ ਕਿ ਪਛਾਣ ਰਹੀ ਕਿ ਤੁਸੀਂ ਹੀ ਹੋ ਸਵੇਰੇ ਉੱਠ ਕੇ ਤੁਸੀਂ ਆਪਣੇ ਕੱਪੜੇ ਪਾ ਲੈਣਾ ਮੈਂ ਪੁੱਛਿਆ ਤੁਹਾਡਾ ਨਾਂ ਕੀ ਹੈ ਉਹਨੇ ਦੱਸਿਆ ਮੇਰਾ ਨਾਂ ਮੁੱਲਾ ਨਸੀਰਉਦੀਨ ਹੈ ਉਹਨੇ ਕੱਪੜੇ ਉਤਾਰ ਦਿੱਤੇ ਮੈਂ ਉਹਦੇ ਪੈਰ ਨਾਲ ਗੁਬਾਰਾ ਬੰਨ੍ਹ ਦਿੱਤਾ ਤੇ ਗੁੱਡੀ ਖੋਲ ਰੱਖ ਦਿੱਤੀ ਉਹ ਬੇਫਿਕਰ ਹੋ ਕੇ ਸੌਂ ਗਿਆ ਜਦੋਂ ਉਹਦੇ ਖਰਾੜਿਆਂ ਦੀ ਆਵਾਜ਼ ਆਉਣ ਲੱਗੀ ਤਾਂ ਮੇਰੇ ਮਨ 'ਚ ਇੱਕ ਖਿਆਲ ਆਇਆ ਮੈਂ ਉੱਠਿਆ ਉਹਦੇ ਪੈਰ ਨਾਲ ਗੁਬਾਰਾ ਖੋਲ ਕੇ ਆਪਣੇ ਪੈਰ ਨਾਲ ਬੰਨ੍ਹ ਲਿਆ ਗੁੱਡੀ ਵਿੱਚ ਚੁੱਕ ਕੇ ਆਪਣੇ ਬਿਸਤਰੇ ਤੇ ਰੱਖ ਲਈ ਤੇ ਜੋ ਹੋਣਾ ਸੀ ਉਹ ਹੋ ਹੀ ਹੋਇਆ ਕੋਈ 4 ਵਜੇ ਉਹ ਚੀਕਿਆ ਤੇ ਕਹਿਣ ਲੱਗਾ ਦੇਖੋ ਜੀ ਗੜਬੜ ਹੋਣ ਵਾਲੀ ਸੀ ਤੇ ਲੱਗਦਾ ਹੈ ਕਿ ਹੋ ਗਈ ਉਹ ਉੱਠਿਆ ਉਹਨੇ ਮੈਨੂੰ ਹਿਲਾਇਆ ਤੇ ਕਿਹਾ ਕਿ ਮੁਸੀਬਤ ਹੋ ਗਈ ਹੈ ਉਠੋ ਮੈਂ ਪੁੱਛਿਆ ਕੀ ਹੋਇਆ ਉਹਨੇ ਕਿਹਾ ਕਿ ਮੁਸੀਬਤ ਇਹ ਹੈ ਕਿ ਗੁਬਾਰਾ ਤੁਹਾਡੇ ਪੈਰ ਨਾਲ ਵੱਜਾ ਹੈ ਗੁੱਡੀ ਤੁਹਾਡੇ ਬਿਸਤਰੇ ਤੇ ਹੈ ਤੇ ਜੇਕਰ ਤੁਸੀਂ ਮੁੱਲਾ ਨਸੀਰ ਨਸੀਰਉਦੀਨ ਹੋ ਤਾਂ ਮੈਂ ਕੌਣ ਜਿਸ ਤਰ੍ਹਾਂ ਤੁਸੀਂ ਹੱਸੇ ਮੈਂ ਵੀ ਹੱਸਿਆ ਸੀ ਪਰ ਉਸ ਹਾਸੇ ਕਰਕੇ ਅਜੇ ਤੱਕ ਮੈਨੂੰ ਰੋਣਾ ਪੈ ਰਿਹਾ ਕਿਉਂਕਿ ਮੈਂ ਹੱਸਿਆ ਤਾਂ ਉਹ ਦਰਵਾਜ਼ਾ ਖੋਲ ਕੇ ਬਾਹਰ ਨਿਕਲ ਗਿਆ ਤੇ ਚਿੱਕਣ ਲੱਗ ਪਿਆ ਕਿ ਮੈਂ ਕੌਣ ਆ ਮੇਰੀ ਸਮਝ ਚਾਉਣਾ ਮੁਸ਼ਕਿਲ ਹੋ ਗਿਆ ਮੈਂ ਉਹਦੇ ਪਿੱਛੇ ਪਿੱਛੇ ਗਿਆ ਪਰ ਥੋੜੀ ਦੇਰ ਹੋ ਗਈ ਕਿਉਂਕਿ ਮੈਂ ਵੀ ਬਿਸਤਰੇ 'ਚ ਸੀ ਤੇ ਉੱਠ ਕੇ ਮੈਂ ਕੱਪੜੇ ਪਾਏ ਤਦ ਤੱਕ ਉਹ ਬੰਦਾ ਦੂਰ ਨਿਕਲ ਗਿਆ ਸੀ ਮੈਂ ਬਾਹਰ ਆਇਆ ਤਾਂ ਝਾੜੀ ਵਿੱਚੋਂ ਆਵਾਜ਼ ਆ ਰਹੀ ਸੀ ਕੋਈ ਪੁੱਛ ਰਿਹਾ ਸੀ ਕਿ ਮੈਂ ਕੌਣ ਆ ਉਹ ਤੋਂ ਪੁੱਛਿਆ ਕਿ ਤੁਸੀਂ ਮੁੱਲਾ ਨਸੀਰੂ ਤੋਂ ਇਹਨੂੰ ਉਹਨੇ ਕਿਹਾ ਕਿ ਮੈਨੂੰ ਇਹ ਪਤਾ ਨਹੀਂ ਕਿ ਮੈਂ ਕੌਣ ਆ ਤਾਂ ਕਿਵੇਂ ਕਹਿ ਦਿਆਂ ਕਿ ਮੈਂ ਮੁੱਲਾ ਨਸੀਰੂ ਦੇਣਾ ਤੇ ਹੁਣ ਜਦੋਂ ਕਿਤੇ ਵੀ ਕੋਈ ਮੈਨੂੰ ਪੁੱਛਦਾ ਹੈ ਕਿ ਮੈਂ ਕੌਣ ਆ ਤੇ ਮੈਂ ਉਹਨੂੰ ਕਹਿਣਾ ਕਿ ਕਿ ਤੁਸੀਂ ਮੁੱਲਾ ਨਸੀਰੂद्दीन ਨੂੰ ਪਰ ਉਹਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ ਤਾਂ ਮੈਂ ਉਦੋਂ ਦਾ ਮੁੱਲਾ ਨਸੀਰੂद्दीन ਦੇ ਕੱਪੜੇ ਲਈ ਨਾਲ ਲਈ ਘੁੰਮ ਰਿਹਾ ਹਾਂ ਕਿ ਉਹ ਕਿਤੇ ਮਿਲ ਜਾਏ ਤਾਂ ਉਹਦੇ ਕੱਪੜੇ ਦੇ ਦੇਵਾਂ ਪਰ ਅੱਜ ਤੱਕ ਉਸ ਬੰਦੇ ਦਾ ਕਿਤੇ ਪਤਾ ਨਹੀਂ ਲੱਗ ਰਿਹਾ ਜਿਸ ਬੰਦੇ ਨੂੰ ਵੀ ਮੈਂ ਗੋਹ ਨਾਲ ਤੱਕਦਾ ਉਹੀ ਇਹ ਪੁੱਛਦਾ ਹੋਇਆ ਜਾਪਦਾ ਹੈ ਕਿ ਮੈਂ ਕੌਣ ਹਾਂ ਕਿਸੇ ਨੂੰ ਇਹ ਵੀ ਪਤਾ ਨਹੀਂ ਕਿ ਉਹ ਕੌਣ ਹੈ ਇਹ ਉਸ ਬੰਦੇ ਉੱਤੇ ਹੱਸ ਰਹੇ ਹਨ ਤੇ ਮੈਂ ਵੀ ਹੱਸਿਆ ਸੀ ਪਰ ਮੈਨੂੰ ਪਤਾ ਲੱਗਿਆ ਕਿ ਉਹ ਬੰਦਾ ਸਾਰੇ ਬੰਦਿਆਂ ਦਾ ਪ੍ਰਤੀਨਿਧ ਸੀ ਕਿਉਂਕਿ ਕਿਸੇ ਵੀ ਬੰਦੇ ਨੂੰ ਇਹ ਪਤਾ ਨਹੀਂ ਕਿ ਉਹ ਕੌਣ ਹੈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਨਾਮ ਕੀ ਹੈ ਤੁਹਾਡਾ ਘਰ ਕਿੱਥੇ ਹੈ ਇਹ ਸਾਰੇ ਸਾਰੀ ਬਿਸਤਰੇ ਸੰਬੰਧੀ ਗੱਲਬਾਤ ਹੈ ਇਹ ਸਾਰੀ ਕੱਪੜਿਆਂ ਦੀ ਗੱਲ ਹੈ ਤੁਹਾਡਾ ਨਾਮ ਬਦਲਿਆ ਜਾ ਸਕਦਾ ਹੈ ਪਰ ਤੁਸੀਂ ਨਹੀਂ ਬਦਲੋਗੇ ਤੁਹਾਡੇ ਕੱਪੜੇ ਬਦਲੇ ਜਾ ਸਕਦੇ ਐ ਮਕਾਨ ਵੀ ਬਦਲਿਆ ਜਾ ਸਕਦਾ ਪਰ ਤੁਸੀਂ ਨਹੀਂ ਬਦਲੋਗੇ ਤੁਹਾਡਾ ਅਹੁਦਾ ਖੋਇਆ ਜਾ ਸਕਦਾ ਹੈ ਤੁਹਾਡੀ ਧਨ ਦੌਲਤ ਖੋਈ ਜਾ ਸਕਦੀ ਹੈ ਤੁਸੀਂ ਸੜਕ ਦੇ ਭਿਖਾਰੀ ਹੋ ਸਕਦੇ ਹੋ ਫਿਰ ਵੀ ਤੁਸੀਂ ਨਹੀਂ ਬਦਲੋਗੇ ਤੁਸੀਂ ਬੱਚੇ ਸੀ ਜਵਾਨ ਹੋ ਗਏ ਬੁੱਢੇ ਹੋ ਗਏ ਸਭ ਕੁਝ ਬਦਲ ਗਿਆ ਫਿਰ ਵੀ ਤੁਸੀਂ ਨਹੀਂ ਬਦਲੇ ਉਹ ਕੌਣ ਹੈ ਜੋ ਅੰਦਰ ਬਿਨਾਂ ਬਦਲੇ ਹੋਏ ਮੌਜੂਦ ਹੈ ਉਹਦੀ ਕੋਈ ਪਛਾਣ ਹੈ ਉਹਦੀ ਕੋਈ ਯਾਦ ਹੈ ਨਹੀਂ ਉਦੀ ਕੋਈ ਪਛਾਣ ਨਹੀਂ ਹੈ ਮਨੁੱਖ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਕੌਣ ਹੈ ਕੀ ਹੈ ਅਜੇ ਆ ਮਨੁੱਖ ਖੋਜ ਕਰਦਾ ਹੈ ਪਰਮਾਤਮਾ ਦੀ ਕਿ ਪਰਮਾਤਮਾ ਕਿਵੇਂ ਮਿਲੇ ਅਜੇ ਆ ਮਨੁੱਖ ਪਾਲ ਕਰਦਾ ਹੈ ਸੱਚ ਦੀ ਕਿ ਸੱਚ ਕਿਵੇਂ ਮਿਲੇ ਪਰਮਾਤਮਾ ਨੂੰ ਜਾਣਨ ਤੋਂ ਪਹਿਲਾਂ ਆਪਣੇ ਆਪ ਨੂੰ ਜਾਨਣਾ ਜ਼ਰੂਰੀ ਹੈ ਸੱਚ ਨੂੰ ਜਾਣਨ ਤੋਂ ਪਹਿਲਾਂ ਖੁਦ ਨੂੰ ਪਛਾਣਨਾ ਜ਼ਰੂਰੀ ਹੈ ਕਿਉਂਕਿ ਜੋ ਮੇਰੇ ਨੇੜੇ ਹੈ ਜੇਕਰ ਰੂਹੀ ਅਣ ਪਛਾਤਾ ਹੈ ਤਾਂ ਦੂਰ ਜੋ ਹੈ ਉਹ ਕਿਵੇਂ ਪਛਾਣਿਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਕਿ ਕਿਸੇ ਮੰਦਰ ਚ ਪ੍ਰਮਾਤਮਾ ਨੂੰ ਪਾਲਣ ਜਾਓ ਇਸ ਤੋਂ ਪਹਿਲਾਂ ਕਿ ਕਿਸੇ ਸੱਚ ਦੀ ਖੋਜ ਲਈ ਸ਼ਾਸਤਰਾਂ ਚ ਫਟਕੋ ਉਸ ਵਿਅਕਤੀ ਨੂੰ ਨਾਮ ਭੁੱਲ ਜਾਣਾ ਜੋ ਕਿ ਤੁਸੀਂ ਹੋ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਪਛਾਣਨਾ ਜ਼ਰੂਰੀ ਹੈ ਜੋ ਕਿ ਤੁਸੀਂ ਹੋ ਖੁਦ ਨੂੰ ਪਛਾਣਨ ਚ ਕਿਸੇ ਦੀ ਵੀ ਦਿਲਚਸਪੀ ਨਹੀਂ ਹੈ ਹਰ ਕੋਈ ਦੂਜਿਆਂ ਨੂੰ ਪਛਾਣਨਾ ਚਾਹੁੰਦੇ ਹੈ ਦੂਸਰੇ ਨਾਲ ਜੋ ਜਾਣ ਪਛਾਣ ਹੈ ਉਹ ਹੀ ਵਿਗਿਆਨ ਹੈ ਤੇ ਖੁਦ ਨੂੰ ਜੋ ਜਾਨਣਾ ਉਹ ਧਰਮ ਹੈ ਦੂਸਰਿਆਂ ਨਾਲ ਪਛਾਣ ਸਾਇੰਸ ਹੈ ਖੁਦ ਨਾਲ ਪਛਾਣ ਰਿਲੀਜੀਅਨ ਹੈ ਜੋ ਖੁਦ ਨੂੰ ਜਾਣ ਲੈਂਦਾ ਹੈ ਬੜੀ ਹੈਰਾਨੀ ਦੀ ਗੱਲ ਹੈ ਉਹ ਦੂਜਿਆਂ ਨੂੰ ਵੀ ਜਾਣ ਲੈਂਦਾ ਹੈ ਤੇ ਜੋ ਦੂਜਿਆਂ ਨੂੰ ਜਾਣਨ 'ਚ ਸਮਾਂ ਗਵਾਉਂਦਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਦੂਜਿਆਂ ਨੂੰ ਤਾਂ ਜਾਣ ਹੀ ਨਹੀਂ ਸਕਦਾ ਹੌਲੀ-ਹੌਲੀ ਖੁਦ ਨੂੰ ਜਾਣਨ ਦੇ ਦਰਵਾਜ਼ੇ ਵੀ ਬੰਦ ਹੋ ਜਾਂਦੇ ਹਨ ਗਿਆਨ ਦੀ ਪਹਿਲੀ ਕਿਰਨ ਆਪਣੇ ਆਪ ਤੋਂ ਪ੍ਰਗਟ ਹੁੰਦੀ ਹੈ ਤੇ ਹੌਲੀ-ਹੌਲੀ ਸਾਰੇ ਪਾਸੇ ਫੈਲ ਜਾਂਦੀ ਹੈ। ਗਿਆਨ ਦੀ ਪਹਿਲੀ ਜੋਤ ਆਪਣੇ ਆਪ ਚ ਜਗਦੀ ਹੈ ਤੇ ਫਿਰ ਸਾਰੇ ਜੀਵਨ ਚੋਂ ਦਾ ਪ੍ਰਕਾਸ਼ ਉਹਦੀ ਲੋ ਦਿਸਣ ਲੱਗ ਪੈਂਦੀ ਹੈ। ਮੈਂ ਕਿਹਾ ਸੀ ਕਿ ਰੱਬ ਮਰ ਗਿਆ ਹੈ। ਰੱਬ ਇਸ ਲਈ ਮਰ ਗਿਆ ਹੈ ਕਿ ਕੋਈ ਖੁਦ ਨੂੰ ਜਾਣਨ ਦੀ ਖੋਜ ਵਿੱਚ ਹੀ ਨਹੀਂ। ਰੱਬ ਮੁੜ ਕੇ ਜਿਉਂਦਾ ਹੋ ਸਕਦਾ ਜੇਕਰ ਕੋਈ ਖੁਦ ਨੂੰ ਜਾਣ ਲਵੇ। ਜੋ ਵੀ ਖੁਦ ਨੂੰ ਜਾਣ ਲੈਂਦਾ ਉਦੇ ਵਾਸਤੇ ਰੱਬ ਮੁਰਝionਦਾ ਹੋ ਜਾਂਦਾ ਹੈ ਜੋ ਖੁਦ ਨੂੰ ਨਹੀਂ ਜਾਣਦਾ ਉਹਦੇ ਵਾਸਤੇ ਰੱਬ ਮਰਿਆ ਹੋਇਆ ਭਾਵੇਂ ਉਹ ਕਿੰਨੀ ਪੂਜਾ ਕਰੇ ਕਿੰਨੀਆਂ ਪ੍ਰਾਰਥਨਾਵਾਂ ਕਰੇ ਮੰਦਰ ਬਣਾਵੇ ਮੂਰਤੀਆਂ ਬਣਾਵੇ ਕੁਝ ਵੀ ਕਰੇ ਇੱਕ ਕੰਮ ਜੇ ਕਰੋ ਨੇ ਛੱਡਿਆ ਜੇ ਕਰੋ ਨੇ ਛੱਡ ਰੱਖਿਆ ਖੁਦ ਨੂੰ ਪਛਾਣਨ ਦਾ ਤਾਂ ਸਮਝ ਲਓ ਠੀਕ ਤਰ੍ਹਾਂ ਕਿ ਪਰਮਾਤਮਾ ਨਾਲ ਉਹਦਾ ਕੋਈ ਸੰਬੰਧ ਕਦੇ ਵੀ ਨਹੀਂ ਹੋ ਸਕਦਾ ਪਰਮਾਤਮਾ ਨਾਲ ਸਬੰਧ ਦੀ ਪਹਿਲੀ ਤੇ ਬੁਨਿਆਦੀ ਸ਼ਰਤ ਹੈ ਆਪਣੇ ਆਪ ਨਾਲ ਜੁੜਨਾ ਕਿਸ ਤਰ੍ਹਾਂ ਕੋਈ ਆਪਣੇ ਆਪ ਨਾਲ ਜੁੜ ਸਕਦਾ ਹੈ ਇਸ ਬਾਰੇ ਅੱਜ ਗੱਲ ਕਰਾਂਗਾ ਇਹੀ ਸੂਤਰ ਹੈ ਇਹੀ ਪੋਲ ਹੈ ਇਹੀ ਮਾਰਗ ਹੈ ਇਹੀ ਦਵਾਰ ਹੈ ਪਰਮਾਤਮਾ ਨਾਲ ਜੁੜਨ ਦਾ ਤਦ ਜੋ ਪਰਮਾਤਮਾ ਪ੍ਰਗਟ ਹੁੰਦਾ ਹੈ ਮਨੁੱਖ ਦੁਆਰਾ ਨਿਰਮਿਤ ਪਰਮਾਤਮਾ ਦੀ ਕਲਪਨਾ ਨਹੀਂ ਜੈਨ ਦਾ ਤੇ ਇਸਾਈ ਦਾ ਪਰਮਾਤਮਾ ਨਹੀਂ ਤਦ ਉਹ ਬਸ ਪਰਮਾਤਮਾ ਹੈ ਉਹਦਾ ਕੋਈ ਰੂਪ ਨਹੀਂ ਨਾਮ ਨਹੀਂ ਉਹਦਾ ਆਦ ਨਹੀਂ ਅੰਤ ਨਹੀਂ ਨਹੀਂ ਉਹਦੀ ਕੋਈ ਹੱਦ ਹੈ ਧੰਵਾ